ਗ੍ਰਾਮ ਸਭਾ ਬੁਲਾਓ ਜੀ, ਜੇ ਪਿੰਡ ਚਾਹੁੰਦਾ ਉੱਥੇ ਬਣੇ ਤਾਂ ਠੀਕ ਹੈ, ਨਹੀਂ ਤਾਂ ਮੈਂ 10 ਲੱਖ ਰੁਪਏ ਵਾਪਸ ਗ੍ਰਾਮ ਸਭਾ ਕਦੋਂ ਬੁਲਾਉਂਗੇ ਮੈਨੂੰ ਦੱਸੋ। ਇਹ ਪਹਿਲੀ ਹੋਊਗੀ ਸੰਗਰੂਰ ਜ਼ਿਲ੍ਹੇ ਦੀ ਗ੍ਰਾਮ ਸਭਾ, ਲੋਕਾਂ ਨੂੰ ਇਹ ਵੀ ਪਤਾ ਲੱਗੂਗਾ ਕਿ ਗ੍ਰਾਮ ਸਭਾ ਬੁਲਾ ਕੇ ਲੋਕ ਆਪਣੇ ਪੰਚਾਇਤ ਨੂੰ ਤੇ ਆਪਦੇ ਸਰਪੰਚ ਨੂੰ ਲਾ ਸਕਦੇ ਨੇ। ਹਾਂਜੀ ਬੀ ਡੀ ਓ ਸਾਹਿਬ, ਗ੍ਰਾਮ ਸਭਾ ਬੁਲਾਓ, ਰੌਲਾ ਪੈ ਗਿਆ। ਸਰਪੰਚ ਕਹਿੰਦਾ ਵੀ ਮੇਰੇ ਮੈਂਬਰ ਦੀ ਸਹਿਮਤ, ਠੀਕ ਹੈ ਜੀ, ਤੇ ਐਮ ਪੀ ਕਹਿੰਦਾ ਵੀ ਮੈਂ ਪੈਸੇ ਦੇਣੇ ਨੇ। ਪੰਦਰਾਂ ਮਈ ਨੂੰ ਘਰਾਚੋਂ ਪਿੰਡ ਦੀ ਗ੍ਰਾਮ ਸਭਾ ਹੋਊਗੀ, ਕੱਲੇ ਘਰਾਚੋਂ ਦੀ ਨੀ, ਉਹ ਸਾਰੇ ਪੰਜਾਬ ਵਾਸਤੇ ਇੱਕ ਐਗਜ਼ਾਮਪਲ ਹੋਊਗੀ। ਗ੍ਰਾਮ ਸਭਾ ਦੇ ਵਿੱਚ ਕਿਹਨੂੰ ਕਿਹਨੂੰ ਇਨਵਾਈਟ ਕਰਨਾ, ਗ੍ਰਾਮ ਸਭਾ ਕੀ ਹੁੰਦੀ ਹੈ, ਲੋਕਾਂ ਨੂੰ ਹਜੇ ਤੱਕ ਪਤਾ ਨਹੀਂ। ਵੀਰ ਸਾਹਿਬ ਥੋੜ੍ਹਾ ਦੱਸ ਵੀ ਦਿਓ, ਗ੍ਰਾਮ ਸਭਾ ਹੁੰਦੀ ਕੀ ਹੈ? ਗ੍ਰਾਮ ਸਭਾ ਦੇ ਵਿੱਚ ਪਿੰਡ ਦੇ ਸਾਰੇ ਵੋਟਰ ਨੇ ਜਿਹੜੇ ਉਹ ਗ੍ਰਾਮ ਸਭਾ ਦੇ ਮੈਂਬਰ ਹੁੰਦੇ ਨੇ, ਠੀਕ ਹੈ। ਗ੍ਰਾਮ ਸਭਾ ਕੋਈ ਵੀ ਜਦੋਂ ਪਿੰਡ ਦੇ ਲੋਕ ਚਾਹੁੰਦੇ ਨੇ ਉਹਦਾ ਇਕੱਠ ਹੋਇਆ ਹੋਇਆ ਤਾਂ ਗ੍ਰਾਮ ਸਭਾ ਬੁਲਾਈ ਜਾ ਸਕਦੀ, ਠੀਕ ਹੈ ਜੀ। ਤੇ ਉਹਦੇ ਵਿੱਚ ਕਿੰਨੇ ਪਰਸੈਂਟ ਲੋਕ ਜੇ ਕਿਸੇ ਕੰਮ ਤੇ ਸਹਿਮਤ ਹੋਣ, ਸਰਪੰਚ ਦੀ ਜਾਂ ਪੰਚਾਇਤ ਦੇ ਕਿਸੇ ਕੰਮ ਨਾਲ ਨਾ ਸਹਿਮਤ ਹੋਣ? ਟੂ ਥਰਡ, ਦੋ ਤਿਹਾਈ। ਫਰਜ਼ ਕਰ ਲਓ 100 ਵੋਟਰ ਹੈ ਤਾਂ 67 ਬੰਦੇ ਜੇ ਇਸ ਗੱਲ ਤੇ ਸਹਿਮਤ ਨੇ ਕਿ ਇਹ ਪੰਚਾਇਤ ਸਾਡੇ ਲਈ ਵਧੀਆ ਕੰਮ ਨਹੀਂ ਕਰ ਰਹੀ, ਸਰਪੰਚ ਸਾਡੇ ਲਈ ਵਧੀਆ ਕੰਮ ਨਹੀਂ ਕਰ ਰਿਹਾ, ਤਾਂ ਫਿਰ ਕੀ ਐਕਸ਼ਨ ਹੋ ਸਕਦਾ? ਜਾਂ ਪੰਚਾਇਤ ਦੇ ਵਿਰੁੱਧ ਚਲੇ ਗਏ ਸਾਰੇ ਬੰਦੇ, ਫਿਰ ਪੰਚਾਇਤ ਦਾ ਕੀ ਹੋਵੇ? ਉੱਤਰ ਜਾਂਦੇ ਸਰਪੰਚ ਲੈ ਜਾਂਦਾ ਜੀ, ਪੰਚਾਇਤ ਲੈ ਜਾਂਦੀ, ਜਿੱਦੇ ਮਰਜ਼ੀ ਬਣਾ ਲਓ। ਬੀ ਡੀ ਓ ਸਾਹਿਬ ਦੀ ਹਾਜ਼ਰੀ ਚ ਹੋਊਗਾ ਇਹ, ਅੱਜ ਨੀ, ਚਾਰ ਭਾਵੇਂ ਸਰਪੰਚ ਬਣੇ ਨੂੰ 5 ਦਿਨ ਹੋਏ ਹੋਣ, ਤਾਂ ਵੀ ਸਾਰੇ ਵੋਟਰ ਦੁਬਾਰਾ ਸਰਪੰਚ ਨੂੰ ਲੈ ਕੇ ਆ ਸਕਦੇ। ਜੇ ਤਾਂ ਇਹ ਮਸਲਾ ਪੰਦਰਾਂ ਮਈ ਤੋਂ ਪਹਿਲਾਂ ਹੱਲ ਹੁੰਦਾ ਪੰਚਾਇਤ ਸੇਮ ਜ਼ਮੀਨ ਦੇਣ ਨੂੰ ਆਪਦੇ ਮੈਂਬਰਾਂ ਨੂੰ ਸਰਪੰਚ ਬਣਾਵੇ, ਮੈਨੂੰ ਨੀ ਪਤਾ ਜਿਹਦੇ ਵਾਸਤੇ ਐਮ ਪੀ ਨੇ ਪੈਸੇ ਦਿੱਤੇ ਨੇ। ਜੇ ਤਾਂ ਇਹ ਮਸਲਾ ਹੱਲ ਹੁੰਦਾ ਠੀਕ ਹੈ, ਨਹੀਂ ਤਾਂ 15 ਮਈ ਨੂੰ ਗ੍ਰਾਮ ਸਭਾ ਬੁਲਾ ਕੇ ਘਰਾਚੋ ਪਿੰਡ ਦਾ ਫੈਸਲਾ ਕਰੋ। ਇਹ ਸਾਰੇ ਪੰਜਾਬ ਲਈ ਇੱਕ ਐਗਜ਼ਾਮਪਲ ਹੋਊਗੀ ਤੇ ਐਂ ਵੀ ਕਰ ਸਕਦੇ ਸਾਰਾ ਕੁਛ ਮੇਰੀ ਬੇਨਤੀ ਸੁਣੀ ਠੀਕ ਹੈ। ਧੰਨਵਾਦ ਜੀ, ਕਿਸੇ ਨੇ ਕੋਈ ਮੰਡਾ ਨੀ ਬੋਲਣਾ, ਇਹਨਾਂ ਦੀ ਆਪਦੀ ਸੋਚ ਹੈ।
15 ਮਈ ਨੂੰ ਗ੍ਰਾਮ ਸਭਾ ਜੇ ਇਹ ਮਸਲਾ ਹੱਲ ਨਾ ਮੁੰਡੇ ਨੂੰ ਨਾਲ ਲੈ ਕੇ ਬੈਠਾ ਮੈਲ ਪਾ ਕੇ ਪਿੰਡ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਜਾ ਰਹੇ ਮੁੰਡਾ ਨਾਲ ਗਿਆ ਜੀ ਮੇਰੇ ਲੈਟਾਂ ਮੁੰਡੇ ਦੀ ਮੈਂ ਬਿਲਕੁਲ ਮੇਰਾ ਭਰਾ ਜੀ ਮੈਂ ਹੱਥ ਪਈਆਂ ਤੇ ਗੱਲੇ ਮਾਨ ਸਾਹਿਬ ਪਤਾ ਕੀ ਹੈ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ ਬਹੁਤ ਕਰਦੇ ਹਾਂ ਇਹ ਜਗ੍ਹਾ ਜਿਹੜੀ ਬਣੀ ਆ ਮੈਂ ਇੱਕ ਵਾਰ ਸਾਰੀ ਪੰਚਾਇਤ ਆਪਣੀ ਤਾਰ ਤੇ ਲਾਤੀ ਪਰ ਮੈਂ ਮੁੰਡਾ ਦੇ ਇਹਨੂੰ ਮੁੰਡੇ ਨੂੰ ਨਾਲ ਲੈ ਕੇ ਲੈਟਾਂ ਮੈਲ ਪਾ ਕੇ ਪਿੰਡ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਜਾ ਰਹੇ ਮੈਂ ਬਿਲਕੁਲ ਮੇਰਾ ਭਰਾ ਜੀ ਮੈਂ ਹੱਥ ਪਈਆਂ ਤੇ ਗੱਲੇ ਮਾਨ ਸਾਹਿਬ ਪਤਾ ਕੀ ਹੈ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ ਬਹੁਤ ਕਰਦੇ ਹਾਂ ਇਹ ਜਗ੍ਹਾ ਜਿਹੜੀ ਬਣੀ ਆ ਮੈਂ ਇੱਕ ਵਾਰ ਸਾਰੀ ਪੰਚਾਇਤ ਆਪਣੀ ਦਾਤ ਤੇ ਲਾਤੀ ਪਰ ਮੈਂ ਮੁੰਡਾ ਦੇ ਸਾਰੇ ਮੈਂਬਰ ਮੇਰੇ ਖਿਲਾਫ ਹੋ ਗਏ ਇਹਨੂੰ ਮੁੰਡੇ ਨੂੰ ਨਾਲ ਲੈ ਕੇ ਲੈਟਾਂ ਮੈਲ ਪਾ ਕੇ ਪਿੰਡ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਜਾ ਰਹੇ ਮੁੰਡਾ ਨਾਲ ਗਿਆ ਜੀ ਮੇਰੇ ਲੈਟਾਂ ਮੁੰਡੇ ਦੀ ਪਸੰਦ ਨਾਲ ਪਈਆਂ ਨੇ ਲੈਟਾਂ ਮੁੰਡੇ ਦੀ ਪਸੰਦ ਨਾਲ ਪਈਆਂ ਨੇ ਮੈਂ ਇਹ ਮੁੰਡੇ ਦੀ ਪਸੰਦ
ਨਾਲ ਪਾਈਆਂ ਵੀ ਜੱਥਾ ਹੱਥੋਂ ਪਾਈ ਗੱਲ ਨਹੀਂ ਮੈਂ ਬਿਲਕੁਲ ਮੇਰਾ ਭਰਾ ਜੀ ਮੈਂ ਹੱਥੋਂ ਪਾਈ ਤਾਂ ਗੱਲ ਗੱਲ ਮਾਨ ਸਾਹਿਬ ਪਤਾ ਕੀ ਹੈ ਅਸੀਂ ਬਹੁਤ ਇੱਜ਼ਤ ਕਰਦੇ ਹਾਂ ਬਹੁਤ ਕਰਦੇ ਹਾਂ ਇਹ ਜਗ੍ਹਾ ਜਿਹੜੀ ਬਣੀ ਆ ਮੇਰੇ ਮੈਂ ਇੱਕ ਵਾਰ ਸਾਰੀ ਪੰਚਾਇਤ ਆਪਣੀ ਦਾਤ ਤੇ ਲਾਤੀ ਪਰ ਮੈਂ ਮੁੰਡਿਆਂ ਦੇ ਲਾਤਾ ਸਾਨੂੰ ਵੀ ਚਾਹੀਦਾ ਨਹੀਂ ਪੜਿਆ ਤਾਂ 4 ਮਹੀਨੇ ਹੋ ਗਏ ਪਤਾ ਕਰਦੇ ਹਾਂ ਕਦੇ ਕਿਹੜੇ ਮੈਂਬਰ ਕੋਲ ਜਾ ਕੇ ਕਿਹੜੇ ਕੋਲ ਜਾ ਆ ਮੇਰੇ ਕੋਲ ਪਰਸੋਂ ਉਹ ਡਰਾਇੰਗ ਇਹਨਾਂ ਤੋਂ ਵੀ ਮੰਗੀ ਆ ਜੀ ਤੁਸੀਂ ਉਹ ਡਰਾਇੰਗ ਬਣਾਉਂਦੇ ਹੋ ਜਿਹੜੀ ਡਰਾਇੰਗ ਤੁਹਾਨੂੰ ਪੈਸੇ